ਸਰਕਾਰ ਨੂੰ ਲਲਕਾਰਿਆ ਹੈ। ਉਹਨਾਂ ਕਿਹਾ ਹੈ ਕਿ ਉਹ ਅਜਿਹੇ ਮੁਕੱਦਮਿਆਂ ਤੋਂ ਨਹੀਂ ਡਰਦੇ। ਨਾਲ ਹੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਿਆਂ ਕਿਹਾ ਹੈ ਕਿ 2020 ਦੇ ਵਿੱਚ ਸਿੱਖ ਰੈਫਰੈਂਡਮ ਹੋ ਕੇ ਹੀ ਰਹੇਗਾ। ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਉਹ ਭਾਰਤ ਹਕੂਮਤ 'ਚੋਂ ਪੰਜਾਬ ਨੂੰ ਵੱਖ ਕਰਕੇ ਹੀ ਰਹਿਣਗੇ। ਤੁਸੀਂ ਵੀ ਸੁਣੋ ਗੁਰਪਤਵੰਤ ਪੰਨੂ ਨੇ ਇਸ ਵੀਡੀਓ ਰਾਹੀਂ ਹੋਰ ਕੀ ਕੁਝ ਕਿਹਾ ਹੈ। ਸਿੱਖ ਰੈਫਰੈਂਡਮ 2020 ਦੀ ਮੁਹਿੰਮ, ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸ਼ਬਦ, ਜਿਉ ਤਿਉ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਨ ਨਾ ਕੀਜੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਰਕਾਰ ਨੇ, ਭਾਰਤੀ ਹਕੂਮਤ ਨੇ, ਭਾਰਤੀ ਦਹਿਸ਼ਤਗਰਦ ਕੈਪਟਨ ਅਮਰਿੰਦਰ ਨੇ ਸਿੱਖਸ ਫਾਰ ਜਸਟਿਸ ਦਾਸ ਤੇ ਦੋ ਹੋਰ ਸਾਡੇ ਸਾਥੀਆਂ ਤੇ, ਜਗਦੀਪ ਸਿੰਘ ਤੇ ਜਗਜੀਤ ਸਿੰਘ, ਔਰ ਪਿੱਛੇ ਉਹਨਾਂ ਸਿੰਘਾਂ ਤੇ ਜਿਨ੍ਹਾਂ ਨੇ ਬੈਨਰ ਤੇ ਪੋਸਟਰ ਪੰਜਾਬ ਰੈਫਰੈਂਡਮ ਕੰਪੇਨ ਦੇ ਪੰਜਾਬ ਵਿੱਚ ਲਗਾਏ ਹੈ, ਉਹਨਾਂ ਤੇ ਦੇਸ਼ ਧਰੋਹ ਦਾ ਕੇਸ ਪਾਇਆ। ਦਿਸ ਮੈਸੇਜ ਇਜ਼ ਫਾਰ ਕੈਪਟਨ ਅਮਰਿੰਦਰ, ਜਸਟ ਲੁੱਕ ਐਟ ਅਸ ਐਂਡ ਜਸਟ ਰਿਮੈਂਬਰ ਵਨ ਥਿੰਗ, ਜਿਨ੍ਹਾਂ ਨੇ ਆਪਣੀ ਜਾਨ ਔਰ ਆਪਣਾ ਸੀਸ ਗੁਰੂ ਦੇ ਹਵਾਲੇ ਕੀਤਾ ਹੋਵੇ ਤੇ ਉਹਨਾਂ ਤੇ ਇਹੋ ਜਿਹੇ ਕੇਸ ਪਾ ਕੇ ਡਰਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ। ਔਰ ਅਸੀਂ ਉਹਨਾਂ ਸਿੰਘਾਂ ਦੇ ਰਾਹਾਂ ਤੇ ਚੱਲਣ ਵਾਲੇ ਹਾਂ, ਭਾਈ ਸੁੱਖਾ ਤੇ ਭਾਈ ਜਿੰਦਾ, ਜਿਨ੍ਹਾਂ ਨੇ ਆਪਣੀ ਕੌਮ ਦੇ ਲਈ, ਜਿਨ੍ਹਾਂ ਨੇ ਆਪਣੇ ਤਖਤ ਦੀ ਇੱਜ਼ਤ ਦੇ ਲਈ ਆਪਣੀ ਜਿਹੜੀਆਂ ਜਾਨਾਂ ਹੈ ਉਹ ਹੱਸ ਕੇ ਦਿੱਤੀਆਂ। ਸੋ ਸਿੱਖ ਰੈਫਰੈਂਡਮ ਪੰਜਾਬ ਦੇ ਵਿੱਚ 2020 ਵਿੱਚ ਹੋਵੇਗਾ, ਜ਼ਰੂਰ ਹੋਵੇਗਾ। ਔਰ ਇਹ ਜਿਹੜੀ ਕੰਪੇਨ ਹੈ ਆਜ਼ਾਦੀ ਦੀ, ਜਿਹੜੀ ਕੰਪੇਨ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਦੀ, ਕੈਪਟਨ ਅਮਰਿੰਦਰ ਔਰ ਤੇਰੇ ਉਹਨਾਂ ਆਕਿਆਂ ਤੋਂ ਜਿਨ੍ਹਾਂ ਦੇ ਕਾਰਨ ਪਹਿਲਾਂ ਜੂਨ 1984 ਦੇ ਵਿੱਚ ਤੂੰ ਆਪ ਰਿਜ਼ਾਈਨ ਕੀਤਾ ਔਰ ਸਿੱਖ ਕੌਮ 'ਚ ਘੁਸਪੈਠ ਕਰਕੇ ਹਕੂਮਤ ਦੇ ਨਸ਼ੇ ਦੇ ਵਿੱਚ ਉਹਨਾਂ ਹੀ ਸਿੰਘਾਂ ਦੇ ਖਿਲਾਫ ਤੂੰ ਭੁਗਤ ਰਿਹਾ। ਇੱਕ ਗੱਲ ਯਾਦ ਰੱਖਣਾ ਕਿ ਸਿੱਖ ਕੌਮ ਆਪਣੇ ਤੇ ਕੀਤੇ ਜ਼ੁਲਮ ਤੇ ਆਪਣੇ ਦੁਸ਼ਮਣਾਂ ਨੂੰ ਕਦੀ ਭੁੱਲਦੀ ਨਹੀਂ। ਅਸੀਂ ਤੇਰੇ ਇੰਤਜ਼ਾਰ 'ਚ ਰਹਾਂਗੇ ਅਮੈਰੀਕਾ, ਕੈਨੇਡਾ ਔਰ ਯੂਰਪ ਦੀ ਧਰਤੀ ਦੇ ਵਿੱਚ। ਝੂਠੇ ਕੇਸ, ਸੱਚੇ ਕੇਸ, ਇਹ ਪਹਿਲਾ ਉਹ ਕੇਸ ਹੈ ਜਿਹੜਾ ਮੈਨੂੰ ਲੱਗਦਾ ਕਿ ਪੰਜਾਬ ਦੀ ਸਰਕਾਰ ਨੇ ਸਹੀ ਪਾਇਆ ਕਿ ਅਸੀਂ ਉਸ ਦੇਸ਼ ਨੂੰ, ਅਸੀਂ ਉਸ ਭਾਰਤ ਨੂੰ, ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਕਰਾਉਣਾ। ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਭਾਰਤ ਜਿਹੜਾ ਹੈ ਉਹ ਟੁਕੜੇ ਟੁਕੜੇ ਕਰਕੇ ਸਿੱਖ ਕੌਮ ਨੂੰ ਆਜ਼ਾਦ ਕਰਾਈਏ। ਔਰ ਸਮਾਂ ਦੇਖਣਾ ਤੁਸੀਂ